ਗੁੱਡ ਮਾਰਨਿੰਗ ਮਾਨਯੋਗ ਪ੍ਰਧਾਨ ਮੰਤਰੀ ਜੀ ਨਮਸਕਾਰ ਮੇਰਾ ਨਾਮ ਰੁਪੇਸ਼ ਕਸ਼ਯਪ ਹੈ ਮੈਂ ਸਵਾਮੀ ਆਤਮਾਰਾਮ ਗਵਰਨਮੈਂਟ ਇੰਗਲਿਸ਼ ਮੀਡੀਅਮ ਸਕੂਲ ਦਰਾਬਾ ਡਿਸਟ੍ਰਿਕਟ ਬਸਤਰ ਛਤੀਸਗੜ੍ਹ ਚ ਨੌਵੀਂ ਦਾ ਵਿਦਿਆਰਥੀ ਹਾਂ ਮਾਨਯੋਗ ਜੀ ਮੇਰਾ ਪ੍ਰਸ਼ਨ ਹੈ ਕਿ ਮੈਂ ਪ੍ਰੀਖਿਆ ਵਿੱਚ ਨਕਲ ਨੂੰ ਕਿੱਦਾਂ ਰੋਕ ਸਕਦਾ ਹਾਂ ਧੰਨਵਾਦ ਰੁਪੇਸ਼ ਮਾਨਯੋਗ ਪ੍ਰਧਾਨ ਮੰਤਰੀ ਜੀ ਉੜੀਸਾ ਦੇ ਅਧਿਆਤਮਕ ਸ਼ਹਿਰ ਜਗਨਨਾਥ ਪੁਰੀ ਤੋਂ ਤਨਮੈ ਬਿਸ਼ਵਾਲ ਇਸੇ ਵਿਸ਼ੇ ਤੇ ਤੁਹਾਡਾ ਮਾਰਗਦਰਸ਼ਨ ਚਾਹੁੰਦਾ ਹੈ ਨਮਾਇ ਕਿਰਪਾ ਪ੍ਰਸ਼ਨ ਪੁੱਛੋ ਮਾਨਯੋਗ ਪ੍ਰਧਾਨ ਮੰਤਰੀ ਜੀ ਨਮਸਕਾਰ ਮੇਰਾ ਨਾਮ ਤਨਮય ਬਿਸਵਾਲੇ ਮੈਂ ਜਵਾਰ ਨਵੋਦੇ ਵਿਦਿਆਲਾ ਕੁੰਾਰਕਪੁਰੀ ਉੜੀਸਾ ਦਾ ਵਿਦਿਆਰਥੀ ਹਾਂ ਮੇਰਾ ਪ੍ਰਸ਼ਨ ਤੁਹਾਨੂੰ ਇਹ ਕਿ ਇਮਤਿਹਾਨ ਵਿੱਚ ਵਿਦਿਆਰਥੀਆਂ ਵੱਲੋਂ ਕੀਤੀ ਜਾ ਰਹੀ ਨਕਲ ਨੂੰ ਕਿੱਦਾਂ ਰੋਕਿਆ ਜਾ ਸਕਦਾ ਹੈ ਕਿਰਪਾ ਮੇਰਾ ਮਾਰਗਦਰਸ਼ਨ ਕਰੋ ਧੰਨਵਾਦ ਸਰ ਮਾਨਯੋਗ ਪ੍ਰਧਾਨ ਮੰਤਰੀ ਜੀ ਰੁਪੇਸ਼ ਅਤੇ ਤਨਮય ਪ੍ਰੀਖਿਆ ਵਿੱਚ ਅਨੁਚਿਤ ਸਾਧਨਾਂ ਦੇ ਪ੍ਰਯੋਗ ਤੋਂ ਕਿਵੇਂ ਬਚਿਆ ਜਾਵੇ ਇਸ ਵਿਸ਼ੇ ਤੇ ਤੁਹਾਡਾ ਮਾਰਗਦਰਸ਼ਨ ਚਾਉਂਦੇ ਨੇ ਮਾਨਯੋਗ ਪ੍ਰਧਾਨ ਮੰਤਰੀ ਜੀ ਮੈਨੂੰ ਖੁਸ਼ੀ ਹੋਈ ਕਿ ਸਾਡੇ ਵਿਦਿਆਰਥੀਆਂ ਨੂੰ ਇਹ ਲੱਗ ਰਿਹਾ ਹੈ ਕਿ ਪ੍ਰੀਖਿਆਵਾਂ ਵਿੱਚ ਅਨੁਚਿਤ ਸਾਧਨਾਂ ਦਾ ਪ੍ਰਯੋਗ ਹੁੰਦਾ ਹੈ ਗਲਤ ਤਰੀਕੇ ਵਰਤੇ ਜਾਂਦੇ ਨੇ ਉਸ ਦਾ ਕੋਈ ਰਸਤਾ ਖੋਜਣਾ ਚਾਹੀਦਾ ਹੈ ਖਾਸ ਕਰਕੇ ਜਿਹੜੇ ਮਿਹਨਤੀ ਵਿਦਿਆਰਥੀ ਹੁੰਦੇ ਨੇ ਉਹਨਾਂ ਨੂੰ ਜ਼ਰੂਰ ਹੀ ਇਸ ਦੀ ਬਹੁਤ ਹੀ ਚਿੰਤਾ ਰਹਿੰਦੀ ਹੈ ਕਿ ਮੈਂ ਇਨੇ ਮਿੰਟ ਕਰਦਾ ਹਾਂ ਅਤੇ ਇਹ ਚੋਰੀ ਕਰ ਕਰਕੇ ਕਾਪੀ ਕਰ ਕਰਕੇ ਆਪਣੀ ਗੱਡੀ ਚਲਾ ਲੈਂਦਾ ਏ ਪਹਿਲਾਂ ਵੀ ਸ਼ਾਇਦ ਚੋਰੀ ਤਾਂ ਕਰਦੇ ਹੋਣਗੇ ਲੋਕ ਨਕਲ ਤਾਂ ਕਰਦੇ ਹੋਣਗੇ ਪਰ ਛੁੱਪ ਛੁੱਪ ਕੇ ਕਰਦੇ ਹੋਣਗੇ ਹੁਣ ਤਾਂ ਬੜੇ ਮਾਣ ਨਾਲ ਕਹਿੰਦੇ ਨੇ ਕਿ ਸੁਪਰਵਾਈਜ਼ਰ ਨੂੰ ਬੁੱਧੂ ਬਣਾ ਦਿੱਤਾ ਏ ਜੋ ਕਦਰਾਂ ਕੀਮਤਾਂ ਵਿੱਚ ਬਦਲਾਅ ਆਇਆ ਹੈ ਉਹ ਬਹੁਤ ਖਤਰਨਾਕ ਹੈ ਅਤੇ ਇਸ ਲਈ ਸਮਾਜਿਕ ਸੱਚ ਇਹ ਸਾਨੂੰ ਸਭ ਨੂੰ ਸੋਚਣਾ ਹੋਵੇਗਾ ਦੂਸਰਾ ਅਨੁਭਵ ਆਇਆ ਹੈ ਕਿ ਉਸ ਸਕੂਲ ਜਾਂ ਕੁਝ ਇਦਾਂ ਦੇ ਅਧਿਆਪਕ ਜਿਹੜੇ ਟਿਊਸ਼ਨ ਕਲਾਸਿਸ ਚਲਾਉਂਦੇ ਨੇ ਉਹਨਾਂ ਨੂੰ ਵੀ ਲੱਗਦਾ ਹੈ ਕਿ ਮੇਰਾ ਸਟੂਡੈਂਟ ਚੰਗੀ ਤਰ੍ਹਾਂ ਨਾਲ ਨਿਕਲ ਜਾਵੇ ਕਿਉਂ ਜੋ ਮੈਂ ਉਸਦੇ ਮਾਪੇ ਤੋਂ ਪੈਸੇ ਲੈਨੇ ਕੋਚਿੰਗ ਕਰਦਾ ਸੀ ਤਾਂ ਉਹ ਵੀ ਉਸ ਨੂੰ ਗਾਈਡ ਕਰਦੇ ਨੇ ਮਦਦ ਕਰਦੇ ਨੇ ਨਕਲ ਕਰਨ ਦੇ ਲਈ ਕਰਦੇ ਹਨ ਨਾ ਇਸੇ ਤਰ੍ਹਾਂ ਦੇ ਅਧਿਆਪਕ ਹੁੰਦੇ ਨੇ ਨਾ ਨਹੀਂ ਹੁੰਦੇ ਤਾਂ ਬੋਲੋ ਨਾ ਅਤੇ ਉਸੇ ਕਾਰਨ ਵੀ ਦੂਜਾ ਮੈਂ ਵੇਖਿਆ ਹੈ ਕੁਝ ਸਟੂਡੈਂਟ ਪੜਨ ਵਿੱਚ ਤਾਂ ਟਾਈਮ ਨਹੀਂ ਲਗਾਉਂਦੇ ਪਰ ਨਕਲ ਕਰਨ ਦੇ ਤਰੀਕੇ ਲੱਭਣ ਚ ਬੜੇ ਕ੍ਰੀਏਟਿਵ ਹੁੰਦੇ ਨੇ ਉਸ ਵਿੱਚ ਘੰਟੇ ਲਗਾ ਦੇਣਗੇ ਉਹ ਕਾਪੀ ਬਣਾਉਣਗੇ ਤਾਂ ਉਹ ਇੰਨੇ ਛੋਟੇ-ਛੋਟੇ ਅੱਖਰਾਂ ਵਿੱਚ ਬਣਾਉਣਗੇ ਕਦੇ-ਕਦੇ ਤਾਂ ਮੈਨੂੰ ਲੱਗਦਾ ਹੈ ਕਿ ਇਸ ਦੀ ਬਜਾਏ ਉਹ ਨਕਲ ਦੇ ਤਰੀਕੇ ਨਕਲ ਦੀ ਤਕਨੀਕ ਉਸ ਵਿੱਚ ਜਿੰਨਾ ਦਿਮਾਗ ਖਪਾਉਂਦਾ ਹੈ ਅਤੇ ਬੜੇ ਕ੍ਰੀਏਟਿਵ ਹੁੰਦੇ ਨੇ ਇਹ ਚੋਰੀ ਕਰਨ ਵਾਲੇ ਇਸ ਦੇ ਬਜਾਏ ਜੇ ਉਹਨਾ ਹੀ ਸਮਾਂ ਕਿਸੇ ਕ੍ਰੀਏਟੀਵਿਟੀ ਤੇ ਟੈਲੈਂਟ ਸਿੱਖਣ ਵਿੱਚ ਲਗਾ ਦਿੰਦੇ ਤਾਂ ਸ਼ਾਇਦ ਚੰਗਾ ਕਰ ਪਾਉਂਦੇ ਕਿਸੇ ਨੂੰ ਉਸ ਨੂੰ ਗਾਈਡ ਕਰਨਾ ਚਾਹੀਦਾ ਸੀ ਕਿਸੇ ਨੂੰ ਉਸ ਨੂੰ ਸਮਝਾਉਣਾ ਚਾਹੀਦਾ ਸੀ ਦੂਜਾ ਇਹ ਗੱਲ ਸਮਝ ਕੇ ਚੱਲੋ ਹੁਣ ਜ਼ਿੰਦਗੀ ਬਹੁਤ ਬਦਲ ਚੁੱਕੀ ਹੈ ਜਗਤ ਬਹੁਤ ਬਦਲ ਚੁੱਕਿਆ ਹੈ ਅਤੇ ਇਸ ਲਈ ਇਹ ਜ਼ਰੂਰੀ ਹੈ ਕਿ ਇਮਤਿਹਾਨ ਤੋਂ ਨਿਕਲੇ ਮਤਲਬ ਜ਼ਿੰਦਗੀ ਨਿਕਲ ਗਈ ਇਹ ਸੰਭਵ ਨਹੀਂ ਹੈ ਜੀ ਅੱਜ ਤੁਹਾਨੂੰ ਕਦਮ ਦਰ ਕਦਮ ਹਰ ਜਗ੍ਹਾ ਤੇ ਕੋਈ ਨਾ ਕੋਈ ਇਮਤਿਹਾਨ ਦੇਣਾ ਪੈਂਦਾ ਹੈ ਕਿੰਨੀ ਜਗ੍ਹਾ ਤੇ ਨਕਲ ਕਰੋਗੇ ਜੀ ਅਤੇ ਇਸ ਲਈ ਜੇ ਨਕਲ ਕਰਨ ਵਾਲਾ ਉਹ ਸ਼ਾਇਦ ਇੱਕ ਅੱਧਾ ਦੋ ਇਮਤਿਹਾਨਾ ਤੋਤਾ ਨਿਕਲ ਜਾਵੇਗਾ ਪਰ ਜ਼ਿੰਦਗੀ ਕਦੇ ਪਾਰ ਨਹੀਂ ਕਰ ਪਾਏਗਾ ਨਕਲ ਨਾਲ ਜ਼ਿੰਦਗੀ ਨਹੀਂ ਬਣ ਸਕਦੀ ਏ ਹੋ ਸਕਦਾ ਏ ਇਮਤਿਹਾਨ ਵਿੱਚ ਨੰਬਰ ਇਧਰ ਉਧਰ ਕਰਕੇ ਲੈ ਆਵੇ ਪਰ ਕਿਤੇ ਨਾ ਕਿਤੇ ਤਾਂ ਉਹ ਜਵਾਬ ਦੇ ਹੋਵੇਗਾ ਏ ਅਤੇ ਇਸ ਲਈ ਇਹ ਵਾਤਾਵਰਣ ਸਾਨੂੰ ਬਣਾਣਾ ਹੋਵੇਗਾ ਕਿ ਇੱਕ ਅਧੇ ਇਮਤਿਹਾਨ ਵਿੱਚ ਤੁਸੀਂ ਨਗਲ ਕੀਤੀ ਹੋ ਗਏ ਤੁਸੀਂ ਨਿਕਲ ਗਏ ਪਰ ਅੱਗੇ ਚੱਲ ਕੇ ਸ਼ਾਇਦ ਤੁਸੀਂ ਜ਼ਿੰਦਗੀ ਵਿੱਚ ਫਸੇ ਰਹੋਗੇ ਦੂਜਾ ਜਿਹੜਾ ਵਿਦਿਆਰਥੀ ਸਖਤ ਮਿਹਨਤ ਕਰਦਾ ਹੈ ਉਹਨਾਂ ਨੂੰ ਮੈਂ ਵੀ ਹਾਂ ਕਹਾਗਾ ਕਿ ਤੁਹਾਡੀ ਮਿਹਨਤ ਤੁਹਾਡੀ ਜ਼ਿੰਦਗੀ ਵਿੱਚ ਰੰਗ ਲਿਆਏਗੀ ਹੋ ਸਕਦਾ ਹੈ ਕਿ ਕੋਈ ਇੰਨਾ ਹੀ ਫालतू 2-4 ਨੰਬਰ ਤੁਹਾਡੇ ਤੋਂ ਉੱਪਰ ਲੈ ਜਾਵੇਗਾ ਪਰ ਉਹ ਕਦੇ ਵੀ ਤੁਹਾਡੀ ਜ਼ਿੰਦਗੀ ਦੀ ਰੁਕਾਵਟ ਨਹੀਂ ਪੜ ਪਾਵੇਗਾ ਤੁਹਾਡੇ ਅੰਦਰ ਦੀ ਜੋ ਤਾਕਤ ਹੈ ਤੁਹਾਡੇ ਅੰਦਰ ਦੀ ਜੋ ਤਾਕਤ ਹੈ ਉਹੀ ਤਾਕਤ ਤੁਹਾਨੂੰ ਅੰਦਰ ਲੈ ਕੇ ਜਾਵੇਗੀ ਉਸ ਨੂੰ ਤਾਂ ਫਾਇਦਾ ਹੋ ਗਿਆ ਚਲੋ ਮੈਂ ਵੀ ਉਸ ਰਸਤੇ ਤੇ ਚੱਲ ਪਾਵਾਂ ਇਸ ਤਰ੍ਹਾਂ ਕਦੇ ਨਾ ਕਰਨਾ ਕਦੇ ਨਾ ਕਰਨਾ ਦੋਸਤੋ ਇਮਤਿਹਾਨ ਤਾਂ ਆਉਂਦੇ ਜਾਂਦੇ ਨੇ ਅਸੀਂ ਜ਼ਿੰਦਗੀ ਜਿਉਣੀ ਹੈ ਜੀ ਭਰ ਕੇ ਜਿਣੀ ਹੈ ਜਿੱਤ ਦੇ ਜਿੱਤ ਦੇ ਜ਼ਿੰਦਗੀ ਜਿਣੀ ਹੈ ਹਾਂ ਤੇ ਇਸ ਲਈ ਸਾਨੂੰ ਸ਼ਾਰਟਕਟ ਦੇ ਪਾਸੇ ਨਹੀਂ ਜਾਣਾ ਚਾਹੀਦਾ ਅਤੇ ਤੁਸੀਂ ਤਾਂ ਜਾਣਦੇ ਹੋ ਰੇਲਵੇ ਸਟੇਸ਼ਨ ਤਾਂ ਤੁਸੀਂ ਦੇਖਿਆ ਹੋਵੇਗਾ ਹਰ ਰੇਲਵੇ ਸਟੇਸ਼ਨ ਤੇ ਪਟੜੀ ਜਿੱਥੇ ਹੁੰਦੀ ਹੈ ਨਾ ਉੱਥੇ ਬ੍ਰਿਜ ਹੁੰਦਾ ਹੈ ਤਾਂ ਲੋਕ ਬ੍ਰਿਜ ਉੱਤੇ ਜਾਣਾ ਪਸੰਦ ਨਹੀਂ ਕਰਦੇ ਪਟੜੀ ਕੁੱਦ ਕੇ ਜਾਂਦੇ ਨੇ ਕੋਈ ਕਾਰਨ ਨਹੀਂ ਬਸ ਇਦਾਂ ਹੀ ਬਸ ਮਜ਼ਾ ਆਉਂਦਾ ਹੈ ਤਾਂ ਉੱਥੇ ਲਿਖਿਆ ਹੈ ਕਿ ਸ਼ਾਰਟਕਟ ਵਿਲ ਕੱਟ ਯੂ ਸ਼ਾਰਟ ਇਸ ਲਈ ਜੇ ਕੋਈ ਸ਼ਾਰਟਕਟ ਨਾਲ ਕੁਝ ਕਰ ਲੈਂਦਾ ਹੋਵੇਗਾ ਤੁਸੀਂ ਉਸ ਦੀ ਟੈਨਸ਼ਨ ਨਾ ਪਾੜੋ ਤੁਸੀਂ ਆਪਣੇ ਆਪ ਨੂੰ ਉਸ ਤੋਂ ਮੁਕਤ ਰੱਖੋ ਤੁਸੀਂ ਆਪਣੇ ਤੇ ਫੋਕਸ ਰੱਖੋ ਤੁਹਾਨੂੰ ਚੰਗਾ ਰਿਜ਼ਲਟ ਮਿਲੇਗਾ ਧੰਨਵਾਦ